ਇੱਕ 7 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਖੇਤ ਵਿੱਚ ਲਿਜਾ ਕੇ ਇਸ ਬੱਚੀ ਦੇ ਨਾਲ ਰੇਪ ਕੀਤਾ ਗਿਆ। ਦਰਿੰਦਿਆਂ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਅੱਧਮਰੀ ਕਰਕੇ ਖੇਤ ਵਿੱਚ ਹੀ ਸੁੱਟ ਦਿੱਤਾ। ਤਾਂ ਦੱਸ ਦਈਏ ਕਿ ਬੱਚੀ ਦੇ ਮਾਪੇ ਕੰਮ 'ਤੇ ਗਏ ਹੋਏ ਸੀ, ਰਾਤ ਨੂੰ ਕਿਡਨੈਪ ਕਰਕੇ ਖੇਤ ਵਿੱਚ ਲੈ ਗਏ ਜਿੱਥੇ ਸਾਰੀਆਂ ਹੱਦਾਂ ਪਾਰ ਕੀਤੀਆਂ। ਔਰ ਦੱਸ ਦਈਏ ਕਿ ਸਾਰੀ ਰਾਤ ਪੀੜਤ ਪਰਿਵਾਰ ਬੱਚੀ ਨੂੰ ਲੱਭਦਾ ਰਿਹਾ ਤਾਂ ਸਵੇਰੇ ਬੱਚੀ ਆ ਜਿਹੜੀ ਉਹ ਖੇਤ ਵਿੱਚੋਂ ਬਰਾਮਦ ਹੋਈ, ਜਿਸ ਨੂੰ ਹੌਸਪੀਟਲ ਦੇ ਵਿੱਚ ਲਿਜਾਇਆ ਗਿਆ। ਮਾਮਲਾ ਰੋਪੜ ਤੋਂ ਸਾਹਮਣੇ ਆਇਆ ਜਿੱਥੇ 7 ਸਾਲ ਦੀ ਬੱਚੀ ਦੇ ਨਾਲ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਹਾਲਤ ਗੰਭੀਰ ਹੁੰਦੀ ਦੇਖ ਡਾਕਟਰਾਂ ਨੇ ਉਸਨੂੰ PGI ਦੇ ਵਿੱਚ ਰੈਫਰ ਕੀਤਾ ਗਿਆ। ਪ੍ਰਸ਼ਾਸਨ ਅਤੇ ਪੁਲਿਸ ਦੇ ਵੱਲੋਂ ਬੱਚੀ ਦੇ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਦੀ ਬੱਚੀ ਦੇ ਨਾਲ ਦੁਸ਼ਕਰਮ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹ ਕੌਣ ਦਰਿੰਦੇ ਸੀ ਜਿਨ੍ਹਾਂ ਦੇ ਵੱਲੋਂ 7 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਗਿਆ। ਰੇਪ ਦਾ ਕੇਸ ਆਇਆ ਜਿਹਦੇ ਵਿੱਚ ਲੜਕੀ ਦੀ ਉਮਰ 7 ਸਾਲ ਦੀ ਹੈ ਤੇ ਇਹਨੂੰ ਅੱਜ PGI ਰੈਫਰ ਕਰਤਾ ਹੋਇਆ। ਪੈਸਾ ਇਸ ਵੇਲੇ ਸਾਡੀ ਸਭ ਤੋਂ ਜ਼ਿਆਦਾ ਹੋਇਆ ਕਿ ਉਹਦਾ ਬੱਚੇ ਦਾ ਫਟਾਫਟ ਮੈਡੀਕਲ ਟ੍ਰੀਟਮੈਂਟ ਹੋ ਜਾਵੇ, ਬਾਕੀ ਵੀਲ ਬੀ ਪਰਸਨਲੀ ਲੁਕਿੰਗ ਆਫਟਰ ਦੀ ਇੰਟਾਇਰ ਡੈਸਟੀਨੇਸ਼ਨ। ਇਹ ਹੋਏ ਸਰ, ਹਮ ਗਏ ਥੇ ਡਿਊਟੀ ਸੁਬਹ 8 ਵਜੇ, ਲੰਚ ਹੁਆ 1 ਵਜੇ, 1 ਵਜੇ ਆਇਆ, ਖਾਣਾ ਵਾਣਾ ਖਾਇਆ, ਤੀਨੋਂ ਮਿਲ ਕੇ, ਬੱਚੇ, ਮੈਂ, ਘਰਵਾਲੀ, ਤੀਨੋਂ ਮਿਲ ਕੇ ਖਾਣਾ ਵਾਣਾ ਖਾ ਕੇ ਫਿਰ 2 ਵਜੇ ਡਿਊਟੀ ਗਏ। 2 ਵਜੇ ਡਿਊਟੀ ਗਏ, ਉਸਕੇ ਬਾਅਦ 8 ਵਜੇ ਛੁੱਟੀ ਹੋਤੀ ਹੈ, 8 ਵਜੇ ਛੁੱਟੀ ਹੋਤੀ ਹੈ ਤੋ 8 ਵਜੇ ਘਰਵਾਲੀ ਕੋ ਪਹਿਲੇ ਭੇਜ ਦਿਆ, ਮੈਂ ਪਿੱਛੇ ਆ ਰਹਾ ਥਾ ਤੋ ਘਰਵਾਲੀ ਕੋ ਭੇਜ ਦਿਆ। ਘਰਵਾਲੀ ਆ ਕੇ ਦੇਖ ਰਹਾ ਹੈ ਰੂਮ ਪੇ ਤਾਲਾ ਮਾਰਾ ਹੁਆ ਹੈ, ਤਾਲਾ ਮਾਰ ਕੇ ਲੜਕੀ ਗਾਇਬ ਹੈ। ਔਰ ਤੁਰੰਤ ਮੁਝੇ ਘਰਵਾਲੀ ਨੇ ਫੋਨ ਕਰ ਦਿਆ, ਕੰਪਨੀ ਮੇ ਥਾ ਮੈਂ, ਤੋ ਤੁਰੰਤ ਫੋਨ ਕਰ ਦਿਆ ਘਰਵਾਲੀ ਨੇ, ਮੈਂ ਤੁਰੰਤ ਆਇਆ, ਆ ਕੇ ਫਿਰ ਸਾਰੇ ਜਗ੍ਹਾ ਢੂੰਢਣਾ, ਨਹੀਂ ਮਿਲਾ, ਨਹੀਂ ਮਿਲਾ। ਕਰੀਬ 7:30 ਵਜੇ 7:40 ਪੇ ਉਹ ਗੁੰਮ ਹੋ ਗਿਆ, 7:40 ਪੇ ਗੁੰਮ ਹੋ ਗਿਆ। ਤੋ ਉਸਕੇ ਬਾਅਦ ਪੁਲਿਸ ਕੋ ਕੰਪਲੇਂਟ ਕੀਆ ਹੈ, ਹਾਂ ਪੁਲਿਸ ਕੋ ਕੰਪਲੇਂਟ ਕਰਨੇ ਕੇ ਬਾਅਦ ਪੁਲਿਸ ਆਇਆ, ਪੁਲਿਸ ਨੇ ਸਾਰੇ ਜਗ੍ਹਾ ਢੂੰਢ ਵੀ ਲਿਆ, ਨਹੀਂ ਮਿਲਾ, ਸਾਰੇ ਜਗ੍ਹਾ ਢੂੰਢਣੇ ਕੇ ਬਾਅਦ ਨਹੀਂ ਮਿਲਾ। ਜਬ ਫਿਰ ਰਾਤ ਐਸੇ ਗੁਜ਼ਰ ਗਏ, ਹਾਂ ਸੋਚਦੇ ਸੋਚਦੇ ਅੱਜ ਸੁਬਹ ਕਰੀਬ 8:30-9 ਵਜੇ ਲੜਕੀ ਮਿਲਾ ਹੈ ਖੇਤੋਂ ਪੇ, ਗੇਹੂੰ ਕੀ ਖੇਤੋਂ ਪੇ ਮਿਲਾ ਹੈ ਲੜਕੀ। ਲੜਕੀ ਨੀਚੇ ਪੈਂਟ ਨਹੀਂ ਥਾ, ਉੱਪਰ ਇੱਕ ਸਵੀਟਰ ਥਾ, ਸਵੀਟਰ ਮੇ ਸਾਰਾ ਮੇ ਸਵੀਟਰ ਮੇ ਜੋ ਕਿਆ ਹੋਤਾ ਬੋਲਤੇ ਉਸਕੋ ਅਕਰੋਟ, ਉਹ ਚੁਪਕਾ ਹੁਆ ਥਾ ਸਵੀਟਰ ਮੇ, ਉਹ ਸਾਧਾ ਮਿਲੀ ਉਹ ਮੁਝੇ, ਨੀਚੇ ਪੈਂਟ ਨਹੀਂ ਥਾ, ਪੈਂਟ ਨਹੀਂ ਥਾ ਉਸਕਾ, ਹਾਂ। ਪੁਲਿਸ ਕੋ ਬਤਾ ਦਿਆ ਮੈਂ ਕਹਾਂ ਪੇ, ਹਾਂ ਪੁਲਿਸ ਕੋ ਬਤਾ ਦਿਆ ਹੈ। ਕਿਤਨੀ ਉਮਰ ਹੈ ਲੜਕੀ? ਲੜਕੀ ਕਾ ਉਮਰ ਹੈ 6.5 के साथ ऐसी है। घर पे कौन कौन रहता आपके उस टाइम? कौन कौन था? कौन उस टाइम तो कोई नहीं था, वो अकेला था, वो तो अकेला था, वो अकेला खेलता रहता है। हम तो आते 8 बजे ड्यूटी करके। आगे लड़की ने बताया कौन लेकर गया? लड़की उसका मुंह छुपा हुआ था, पहचान नहीं पाया वो।
कितने बंदे थे उसने बताया कुछ? वो कह रहा है एक ही बंदे। आगे भी घर पे अकेली रहती थी या अकेले रही? नहीं आके आगे भी रहती थी, अकेली रहती थी। ਇਹ ਜੀ ਸਵੇਰੇ ਮੇਰੇ ਕੋਲ 10-10 ਵਜੇ ਮਦਰ ਫਾਦਰ ਤੇ ਬੱਚਾ ਛੋਟਾ ਜਿਹਾ ਚੱਕੀ ਨਾਲ ਲੈ ਕੇ ਆਏ ਦੋਦੀ ਜੀ ਨਾਲ, ਇੱਕ ਪੁਲਿਸ ਮੁਲਾਜ਼ਮ ਸੀ ਨਾਲ ਫੀਮੇਲ। ਤੇ ਹਿਸਟਰੀ ਦੱਸੀ ਉਹਨਾਂ ਕੀ ਵੀ ਬੱਚਾ ਕੱਲ੍ਹ ਸ਼ਾਮ ਨੂੰ 7:30 ਵਜੇ ਇਹਦੇ ਘਰ ਦੇ ਨੇੜੇ ਉੱਥੋਂ ਗਾਇਬ ਚੱਕਿਆ ਗਿਆ ਸੀਗਾ ਅਤੇ ਅੱਜ ਸਵੇਰੇ ਮਤਲਬ 8:30 ਵਜੇ ਕਿਤੇ ਖੇਤਾਂ 'ਚ ਮਿਲਿਆ। ਅਤੇ ਬੱਚੇ ਦਾ ਹਾਲਤ ਖਰਾਬ ਸੀ, ਮੂੰਹ ਸੁੱਜਿਆ ਹੋਇਆ ਸੀ, ਮੈਂ ਐਗਜ਼ਾਮਿਨ ਕੀਤਾ ਐਂਡ ਬਲੀਡਿੰਗ ਹੋ ਰੱਖੀ ਸੀ ਪਰਮਨੈਂਟ ਐਂਡ ਉਹਨਾਂ ਨੂੰ ਇਹ ਲੱਗਦਾ ਵੀ ਉਹਨੇ ਇਹੀ ਗਿਆਨ ਹੋਣਾ ਕਿ ਗਲਤ ਕੰਮ ਹੋਇਆ ਬੱਚੇ ਨਾਲ। ਫਿਰ ਅਸੀਂ ਆਪਣੀ ਕਾਰਵਾਈ ਕੀਤੀ, ਅਸੀਂ ਟ੍ਰੀਟਮੈਂਟ ਸ਼ੁਰੂ ਕੀਤਾ ਇਨੀਸ਼ੀਅਲ ਜਿੰਨਾ ਕਰ ਸਕਦੇ ਸੀ, ਫਾਈਲ ਬਣਾਈ ਐਡਮਿਟ ਕੀਤਾ। ਫਿਰ ਅਸੀਂ ਕਾਲਸ ਕਰਕੇ ਸਾਰੇ ਡਾਕਟਰਸ ਜਿਹੜੇ ਸੀਗੇ ਵਾਪਸ। ਸਰ ਕਿੰਨੇ ਕੁ ਬਰੂਸਿਸ ਸੀਗੇ ਬੋਡੀ ਦੇ ਉੱਤੇ? ਫੇਸ਼ੀਅਲ ਸਵੈਲਿੰਗ ਬਹੁਤ ਜ਼ਿਆਦਾ ਹੈ ਉਹਦੇ, ਬਾਕੀ ਤਾਂ ਐਗਜ਼ਾਮੀਨੇਸ਼ਨ ਜਿਹਦੇ ਦੱਸੇ ਮੈਂ ਦੇਖਿਆ ਸੀਗਾ ਕਿ ਵੀ ਰੈਕਟਮ ਟੀਅਰ ਸੀਗਾ ਉਹਦੇ ਲਈ ਕੌਂਸ ਪਾਤੀਆਂ ਸੀਗੀਆਂ ਤੇ ਬਲੀਡਿੰਗ ਜਿਹੜੀ ਹੋਈ ਸੀ ਉਹਦੇ ਟੀਕਾ ਲਵਾਤਾ ਸੀਗਾ ਤਾਂ ਕਿ ਉਹ ਫਰਦਰ ਬਲੀਡਿੰਗ ਨਾ ਹੋ। ਕੋਈ ਇੱਦਾਂ ਵੀ ਲੱਗਦਾ ਕਿ ਗਲਾ ਘੁੱਟਣ ਦੀ ਜਾਂ ਮਰਨ ਦੀ ਕੋਸ਼ਿਸ਼? ਨਹੀਂ ਉਹ ਨਹੀਂ ਸੀ, ਪੇਟ 'ਤੇ ਮੈਂ ਸਾਰਾ ਚੈੱਕ ਕੀਤਾ, ਬਾਈਟ ਦੇ ਨਿਸ਼ਾਨ ਕੁਛ ਵੀ ਨਹੀਂ ਸੀਗਾ। ਜਿਹੜੇ ਚਿਹਰੇ ਪਰ ਨਿਸ਼ਾਨ ਤੇ ਉਹਦੇ ਨਾਲ ਉਹ ਫੇਸ਼ੀਅਲ ਸਵੈਲਿੰਗ ਆ, ਸਾਰੇ ਮਾਰੇ ਗਏ, ਮੂੰਹ 'ਤੇ ਮਾਰੇ ਗਏ। ਅਤੇ ਸਰ ਇਸ ਵਾਰ ਕੀ ਮਾਰੇ ਗਏ ਨਹੀਂ ਪਤਾ ਤੁਹਾਨੂੰ? ਸਟੇਟਸ ਕੀ ਹੈ ਹੁਣ ਬੱਚੇ ਦਾ? ਬੱਚਾ ਉਹਦਾ ਸਟੇਬਲ।